ਆ ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ? ਸਭ ਠੀਕ ਹੋ? ਇਹ ਰਾਤੀ ਆਪਾਂ ਸਾਰਾ ਪੇਂਟ ਮਾਰ ਛੱਡਿਆ ਸੀ ਅਤੇ ਹੁਣ ਬੂਟੇ ਲਾ ਛੱਡੇ ਨੇ ਰਾਤੀ। ਮਨੁ ਜੀ ਕੀ ਹਾਲ ਹੈ? ਹੈਲੋ ਕਰ ਦਿਓ, ਬਾਏ ਕਰ ਦਿਓ, ਬਾਏ। ਚਾਹ ਪੀ ਲੱਗੇ ਬਹਿ ਘੜੀ ਅਤੇ ਮੰਮੀ ਚਾਹ ਲੈ ਕੇ ਹਲਕੀ ਅਤੇ ਤਿੰਨ ਚਾਰ ਲੈ ਗਏ ਬੂਟੇ ਲਾਉਣ ਵਾਲੇ, ਕਿਨੂਆ ਦਾ, ਸੰਤਰਿਆਂ ਦਾ ਅਤੇ ਲੀਚੀ ਦਾ, ਉਹ ਲਾਉਣ ਲੱਗੇ ਹੁਣ ਅਤੇ ਫਿਰ ਉਹਨਾਂ ਦੇ ਉਹ ਵੀ ਲਾ ਕੇ ਇਹ ਜਗ੍ਹਾ ਸਾਰੀ ਪੱਧਰੀ ਕਰਨੀ। ਇੱਥੇ ਆਪਾਂ ਹੁਣ ਕੀ ਸੋਚਿਆ ਹੈ ਕਿ ਸਾਰੇ ਘਾਹ ਲਾ ਦਿੰਦੇ ਹਾਂ, ਵੱਡੇ ਆਪ 'ਤੇ ਘਾਹ ਵੀ ਲਾ ਦਿੰਦੇ, ਸਾਰੇ ਇੱਥੇ ਘਾਹ ਲਾ ਦਿੰਦੇ ਹਾਂ। ਇਹ ਜਗ੍ਹਾ, ਆਹ ਜਗ੍ਹਾ ਛੱਡ ਦਿਓ ਕੱਚੀ। ਲੈ ਡੈਡੀ ਵੀ ਚਾਹ ਲੈ ਕੇ ਆ ਗਿਆ, ਬਿਸਕੁਟ ਲੈ ਕੇ ਆ ਯਾਰ। ਆਹੋ ਉਦੋਂ ਗੋਪੀ ਆਇਆ ਸਾਡਾ। ਮੰਮੀ ਮੰਮੀ ਕੀ ਹਾਲ? ਸਭ ਠੀਕ ਠਾਕ ਹੋ? ਘਰ ਦਿਆਂ ਨੇ ਜਗ੍ਹਾ ਬਣਾਈ ਸੀ ਘਰ ਦੇ ਨਾਲ ਬੈਠਣ ਵਾਸਤੇ, ਕਹਿ ਲਓ ਫਾਰਮ ਹਾਊਸ ਕਹਿ ਲਓ ਜਾਂ ਕਹਿ ਲਓ ਕਿ ਹਵੇਲੀ ਬਣਾਈ ਹੈ ਨਾ, ਅਤੇ ਥੋੜ੍ਹਾ ਜਿਹਾ ਕੰਮ ਗਲਤ ਕੀਤਾ ਸੀ ਅਤੇ ਉਹ ਮੈਂ ਨਾ ਥੋੜ੍ਹਾ ਜਿਹਾ ਕਿ ਆਪ ਹੀ ਕਰਦੇ, ਨਾਲੇ ਪਤਾ ਲੱਗ ਜਾ ਘਰਦਿਆਂ ਨੂੰ ਕਿ ਬਾਹਰ ਆਪਾਂ ਵੀ ਕੰਮ ਕਰਦੇ ਹਾਂ। ਕੋਠਾ ਹੈ ਜਾਂ ਇੱਥੇ ਮਿਸਤਰੀਆਂ ਨੇ ਕੰਮ ਕੀਤਾ, ਐਡਾ ਫੁੱਦੂ ਕੰਮ ਕੀਤਾ ਨਾ। ਇਹ ਦੇਖੋ ਸਾਰਾ ਪਾਣੀ ਇੱਥੇ ਖੜਦਾ ਹੈ। ਡੈਡੀ ਪਤਾ ਕੀ ਕਰ, ਕੋਨਾ ਹੀ ਤੋੜਦੇ ਇੱਥੋਂ। ਹੈਂ, ਕਿੰਨਾ ਕੁ ਸਰੀ ਉੱਚਾ ਹੈ? ਐਡਾ ਫੁੱਦੂ ਕੰਮ ਕੀਤਾ ਹੈ, ਸਾਡਾ ਜਦੋਂ ਬੱਦਲ ਪੈਂਦਾ ਹੈ ਨਾ ਹੁਣ ਸਾਨੂੰ ਪਾਣੀ ਝੱਟਣਾ ਪੈਂਦਾ ਹੈ। ਘਰਦਿਆਂ ਨੇ ਗੌਰ ਨਹੀਂ ਕੀਤੀ ਹੈਗੀ, ਚੱਲ ਠੀਕ ਹੀ, ਸਹੀ ਕਰਨ ਦੇ ਕੰਮ। ਇਹ ਲਿਖੋ ਇਹ ਰੱਖੀ ਆ, ਪਾਠਸ਼ਾਹ ਰੱਖਿਆ ਪਾਣੀ ਜਾਣ ਨੂੰ, ਇੰਨਾ ਉੱਚਾ ਪਾਣੀ ਕਿੱਥੋਂ ਹੋਏਗਾ? ਅਤੇ ਦੂਜਾ ਰੱਖੇ, ਇਹ ਵੀ ਉੱਚਾ ਰੱਖੀਦਾ, ਚੱਲ ਕਿੰਨਾ ਪਾਣੀ ਖੜਨ ਦਾ ਦੇਖੋ। ਬਾਕੀ ਆ ਸਾਡੀ ਹਵੇਲੀ ਦਾ ਹੈਗਾ ਹੈ ਵਿਊ, ਇਹਦੇ ਵੀ ਸੋਹਣਾ ਹੈ ਨਾ, ਉਹ ਪਰਲੀ ਜਗ੍ਹਾ ਉੱਥੇ ਸਾਰਾ ਆਪਾਂ ਸਮਾਨ ਸਾ ਲਿਆ ਹੈ, ਬਸ ਉੱਤੇ ਮਕਾਨ ਸ਼ੁਰੂ ਕਰਨੇ ਨੇ ਅਤੇ ਜਗ੍ਹਾ ਸਾਡੀ ਘੈਂਟ ਬਣ ਜਾਣੀ ਹੈ। ਅੱਜ ਆਹ ਕੰਮ ਕੀਤਾ ਉੱਤੇ, ਆ ਵੀ ਨੰਗਾ ਛੱਡ ਛੱਡਿਆ ਹੈ, ਜਿੱਥੇ ਜਿੱਥੇ ਉਹਨਾਂ ਦਿਲ ਕੀਤਾ ਸੀਮਟ ਇੱਜਾ ਬਣਾ ਛੱਡੀਆਂ ਹੈ, ਬਾਕੀ ਛੱਡ ਛੱਡੀਆਂ ਨੇ। ਇਹ ਸਾਡੇ ਚਾਚੇ ਦੀ ਜਗ੍ਹਾ ਹੈ, ਉਹ ਦਰਖਤ ਉਹਨਾਂ ਲਾਇਆ, ਜਾਮਣਾਂ ਦਾ ਬੂਟਾ ਲਾਇਆ ਹੈ, ਫਿਰ ਕੁੱਤਾ ਘੁਲਾਉਂਦਿਆ ਹੋਇਆ। ਇਹੋ ਜਿਹੇ ਮਾਹੌਲ ਨਹੀਂ ਲੱਭਦੇ ਹੈਗੇ ਬਾਹਰ ਲਿਆ ਦੇ, ਜਿਹੜੇ ਆਹ ਚੀਜ਼ਾਂ ਨੇ ਨਾ ਪਿੰਡਾਂ ਦੀਆਂ, ਸਭ ਕੁਝ ਉਹੀ ਹੈ। ਬਸ ਇਹ ਲੋਕਾਂ ਦੀ ਸੋਚ ਚੇਂਜ ਹੋ ਗਈ ਹੈ, ਜਿੱਥੇ ਬਈ ਪੰਜਾਬੀ ਹੁੰਦੀ ਉੱਥੇ ਬਈਏ ਖੜ੍ਹੇ ਨੇ, ਬਈਆਂ ਨਿਆਣੇ ਜਿੱਦਾਂ ਆਪਾਂ ਬਾਹਰ ਖੇਡਦੇ ਉੱਦਾਂ ਹੀ ਐਨ ਇੱਥੇ। ਆਪਣੇ ਲੋਕਾਂ ਦੇ ਨਿਆਣੇ ਸਾਰੇ ਬਾਹਰ ਚੱਲ ਗਏ ਨੇ, ਬਈਆਂ ਦੇ ਨਿਆਣੇ, ਚੱਲ ਇੱਥੇ ਰੌਣਕ ਲਾਈਆਂ ਇਹਨਾਂ ਨੇ। ਇੱਕ ਤਾਂ ਪਲੰਬਿੰਗ ਦਾ ਕੰਮ ਕਰਾਇਆ ਆਪਾਂ, ਉਹਨੇ ਕੀ ਕੀਤਾ ਟੈਂਕੀ ਰੱਖ ਛੱਡੀ ਹੈ ਨਾ, ਕਿ ਟੂਟੀਆਂ 'ਚ ਪਾਣੀ ਦਾ ਪ੍ਰੈਸ਼ਰ ਹੀ, ਮਤਲਬ ਬਹੁਤ ਘੱਟ ਪਾਣੀ ਆਉਂਦੇ ਨਾ, ਅਤੇ ਮੈਂ ਵੀ ਚਾਹੁੰਦਾ ਕਿ ਕੋਠੇ ਜਿਹੜੇ ਅੱਜ ਉਹਨੇ ਕੀ ਕੀਤਾ ਹੈ ਵੇਦੇ ਵੀ ਉਹ ਕੋਨੇ ਤੋਂ ਕੋਨਾ ਉੱਚਾ ਕਰ ਛੱਡਿਆ, ਜਿੱਥੋਂ ਪਾਣੀ ਆਉਣਾ ਉਹ ਨੀਵਾਂ ਕਰ ਛੱਡਿਆ, ਹੁਣ ਪਾਣੀ ਉੱਧਰ ਜਾਂਦਾ ਨਹੀਂ ਪਿਆ। ਆਪਾਂ ਪਰਲੇ ਘਰ ਰੱਖਿਆ ਸੀ ਅਤੇ ਜਦੋਂ ਚਲਾਉਂਦੇ ਸੀ ਨਾ ਆਵਾਜ਼ ਬੜੀ ਜਾਂਦੀ ਸੀ, ਅਤੇ ਹੁਣ ਕੱਢ ਕਿੱਧਰ ਰੱਖ ਛੱਡੇ ਕਿ ਖੁੱਲ੍ਹੀ ਡੁੱਲੀ ਜਗ੍ਹਾ ਹੋ ਗਈ ਹੁਣ ਇੱਧਰ, ਅਤੇ ਜਿਹੜੀ ਹੁਣ ਆਵਾਜ਼ ਵੀ ਨਹੀਂ ਆਉਂਦੀ ਉੱਧਰ, ਉੱਧਰ ਵੀ ਲਾਈਟ ਇੱਥੇ ਰਹਿੰਦੀ ਵੀ ਜਾਣੀ, ਲਾਈਟ ਦਾ ਬੜਾ ਪੰਗਾ ਇੱਥੇ। ਅਤੇ ਬਣਾਓ ਇਹ ਕੱਲ੍ਹ ਵੀਡੀਓ ਕੰਮ ਦੀ ਵੀ, ਅਤੇ ਫਿਰ ਡਨ ਕਰਕੇ ਫਿਰ ਉਹਦੇ ਘਰ ਨੇ ਕੰਮ ਕਰ ਲਿਆ। ਹਵੇਲੀ ਕਹਿ ਲਓ ਬਣਾਈ ਬੈਠਣ ਉੱਠਣ ਵਾਸਤੇ, ਥੱਲੇ ਗੱਡੀਆਂ ਖਿਲਾਰਨ ਨੂੰ, ਉੱਪਰ ਇੱਕ ਪੋਸ਼ਨ ਪਾਉਣਾ ਹੋਰ ਬੈਠਣ ਵਾਸਤੇ, ਕਹਿ ਲਓ ਦੋ ਕਮਰੇ ਨਾਲ ਲਿਵਿੰਗ ਰੂਮ, ਇੱਕ ਕਿਚਨ ਬਾਥਰੂਮ ਕਰਨਾ ਹੈ। ਅਤੇ ਸਾਰਾ ਕੰਮ ਸਹੀ ਹੋਇਆ ਸੀ, ਥੋੜ੍ਹੇ ਥੋੜ੍ਹੇ ਟੁੱਚ ਜਿਹੜੇ ਬੰਦੇ ਨੇ ਸਹੀ ਨਹੀਂ ਕੀਤੇ, ਜਿੱਦਾਂ ਹੈ ਨਾ ਇਹ ਛੱਡੇ ਨੇ, ਅੱਜਾ ਛੱਡੀਆਂ ਨੇ, ਅਤੇ ਇੱਕ ਆਹ ਅੱਜਾ ਬਣਾਉਣੀ ਆਪਾਂ, ਅਤੇ ਉਹ ਤੋਂ ਬਾਅਦ ਇੱਥੇ ਆ ਚਨਾਈ ਕਰਨੀ ਹੈ। ਅਤੇ ਸਾਰੀ ਵੀਡੀਓ ਮੈਂ ਬਣਾ ਕੇ ਪਾਉਣੀ ਹੈ ਕਿ ਹੱਥੀਂ ਕੰਮ ਕੀਤਾ ਬਾਹਰ, ਤੁਹਾਨੂੰ ਪਤਾ ਮੈਂ ਕਿਹਾ ਜਦ ਕੰਸਟਰਕਸ਼ਨ ਦਾ ਕੰਮ ਹੀ ਹੈ ਅਤੇ ਆਪਾਂ ਸ਼ੁਰੂ ਤੋਂ ਉਹੀ ਕੰਮ ਕੀਤਾ ਹੈ। ਅਤੇ ਜਦੋਂ ਸਾਰਾ ਰੈਡੀ ਹੋ ਗਿਆ, ਉਹ ਤੋਂ ਬਾਅਦ ਇੱਧਰਲੇ ਪਾਸੇ ਆਪਾਂ ਬਣਾਉਣਾ ਸਬਜ਼ੀ ਲਾਇਆ ਕਰਨੀ ਹੈ, ਪਾਸੇ ਸਾਰੀ ਸਬਜ਼ੀ ਲਾਇਆ ਕਰਨੀ ਹੈ, ਅਤੇ ਇੱਧਰਲੇ ਪਾਸੇ ਜਿਹੜਾ ਇਹ ਘਾਹ ਲਵਾ ਦੇਣਾ ਹੈ, ਅਤੇ ਘਾਹ ਲਵਾਉਣਾ ਥੋੜ੍ਹਾ ਜਿਹਾ, ਥੋੜ੍ਹਾ ਝੂਲੇ ਜਿਹੇ ਲਵਾ ਦੇਣੇ, ਇੱਕ ਦੋ ਭੰਗੂੜਾ ਲਵਾਉਣਾ ਹੈ, ਅਤੇ ਇੱਕ ਮੂੜੇ ਨਹੀਂ ਹੁੰਦੇ ਬੈਠਣ ਉੱਠਣ ਵਾਸਤੇ ਛਤਰੀ ਜੀ, ਇੱਕ ਉਹ ਲੈ ਕੇ ਆਉਣੀ ਹੈ, ਅਤੇ ਉਹ ਕਰਨੀ ਹੈ। ਉੱਦਾਂ ਘਰ ਜਗ੍ਹਾ ਬਣਾਈ ਹੈ, ਖੁੱਲ੍ਹੀ ਡੁੱਲੀ ਜਗ੍ਹਾ ਬਣਾਈ ਹੈ, ਨਾ ਸਾਡੇ ਘਰ ਦੇ ਇੱਕ ਆਹ ਰਸਤਾ ਛੱਡਿਆ ਆਪਾਂ ਸਮਾਨ ਸਮੂਨ ਚੱਕਣ ਵਾਸਤੇ, ਜਾਂ ਜਿਵੇਂ ਭਾਈ ਲਾਏ ਨਹੀਂ ਹੋਣੇ, ਕਹਿੰਦੇ ਜਾ ਕੇ ਤੁਹਾਨੂੰ ਦਿਹਾੜੀ ਦੇਵਾਂਗੇ, ਨਾ ਤੁਹਾਨੂੰ ਜਾ ਕੇ ਬੁਲਾਉਂਦੇ ਹਾਂ, ਪਰ ਇੱਕ ਮੰਡ ਇੱਧਰ ਪਾਸੇ ਸਾਰਾ ਸਮਾਨ ਛੱਡਿਆ, ਸ਼ਾਇਦ ਮੁੰਡੇ ਲੱਗੇ ਨੇ ਨਾਲ। ਕੱਲ੍ਹ ਆ ਜਾਏ ਕਿ ਤੁਸੀਂ ਦੋਵੇਂ ਜਣੇ ਕੱਲ੍ਹ ਆਓਗੇ ਸਵੇਰੇ, ਸਵੇਰੇ ਕੰਮ ਕਰਨਾ ਮੇਰੇ ਨਾਲ।
ਸਵੇਰੇ ਪੈਟਾਂ ਲਾਉਂਦੀਆਂ ਨੇ ਆ ਜਣੀ ਸਵੇਰੇ ਐਵੇਂ ਨਾ ਚਾਹ ਵੀ ਨਹੀਂ ਚਾਹ ਵੀ ਨਹੀਂ ਚਾਹ ਲੈ ਜਾਣਾ ਮੈਂ ਸ਼ਾ ਠੀਕ ਹੈ ਕੱਲ ਆ ਜਾਏਗਾ ਸਵੇਰੇ 8 ਵਜੇ ਠੀਕ ਹੈ ਫਿਰ ਤੁਹਾਨੂੰ ਸਮੋਸੇ ਸਮਾਸੇ ਮੈਂ ਖਵਾਵਾਂਗਾ ਠੀਕ ਹੈ ਆਹੋ ਤੇ ਦੋਵੇਂ ਨੇ ਦੋਨਾਂ ਨੂੰ ਕਹਿ ਦੀ ਸ਼ਾ ਦੋਵੇਂ ਆ ਜਾਣਾ ਇਹ ਵੀ ਜਗ੍ਹਾ ਆਪਣੀ ਪਿੱਛੇ ਇੱਥੇ ਨਾਲ ਸਮਾਨ ਤਾਂ ਆਇਆ ਕਿਉਂਕਿ ਮੌਸਮ ਖਰਾਬ ਹੋ ਗਿਆ ਇਹਨੇ ਕੰਮ ਬੰਦ ਕਰ ਸਿੱਟਿਆ ਸੀ ਆਪਾਂ ਸ਼ੁਰੂ ਕਰਨਾ ਹੈ ਅਤੇ ਆਹ ਉੱਪਰ ਲਾਈਟਾਂ ਲਾਉਣੀਆਂ ਸਾਰੀਆਂ ਰਾਤ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਅਤੇ ਅੱਜ ਮੈਂ ਗੱਡੀ ਵੀ ਧਵਾ ਕੇ ਲਿਆ ਸੀ ਅਤੇ ਸ਼ੀਸ਼ੇ ਸਾਫ਼ ਨਹੀਂ ਹੈਗੇ ਅਤੇ ਮੈਂ ਚੱਲ ਕੱਪੜਾ ਮਾਰ ਕੇ ਨਾ ਇਹਦੇ ਸ਼ੀਸ਼ੇ ਸ਼ੂਸ਼ੇ ਚੰਗੀ ਤਰ੍ਹਾਂ ਚੌਂਕ ਕਰਨਾ ਪਹਿਲਾਂ ਜਨਰੇਟਰ ਸੀ ਨਾ ਪਰਲੇ ਪਾ ਘਾ ਰੱਖਿਆ ਸੀ ਇੱਥੇ ਕੀ ਚੱਕਰ ਸੀ ਬੱਦਲ ਪੈਂਦਾ ਸੀ ਸਾਰੀ ਮਿੱਟੀ ਰੁੜ ਕੇ ਨਾ ਪੇਵਰਾਂ 'ਤੇ ਆਉਂਦੀ ਸੀ ਦੋਵੇਂ ਪਾਸੇ ਸਾਰੀ ਮਿੱਟੀ ਪੇਵਰਾਂ 'ਤੇ ਆਉਂਦੀ ਅਤੇ ਹੁਣ ਮੈਂ ਇਹ ਕਰਨ ਲੱਗਾ ਆਹ ਤਿੰਨ ਭਈਏ ਮੰਗਵਾਏ ਨੇ ਉਹਨਾਂ ਨੇ ਕਿਹਾ ਕਿ ਇੱਥੇ ਨਾ ਇੱਟਾਂ ਚਿੰਨ ਦਿਓ ਸਾਰੇ ਇੱਟਾਂ ਚਿੰਨ ਕੇ ਅਤੇ ਬਾਅਦ 'ਚ ਸਵੇਰੇ ਆਪਾਂ ਚਿਨਾਈ ਕਰਕੇ ਆ ਵਧੀਆ ਜਿਹਾ ਬਣਾ ਛੱਡਣਾ ਹੈ ਨੰਬਰ 2 'ਤੇ ਆ ਜਨਰੇਟਰ ਵੀ ਚਲਾਉਂਦੇ ਸੀ ਨਾ ਬੱਦਲ ਪੈਂਦੇ ਲਿਫਦਾ ਜਾਂਦੇ ਥੱਲੇ ਵੀ ਇਹਦੇ ਥੱਲੇ ਆਪਾਂ ਸੀਮਿੰਟ ਪਾ ਕੇ ਇਹਨੂੰ ਸੈੱਟ ਕਰਨਾ ਹੈ ਪੌੜੀ ਵਾਲਾ ਖਾਨਾ ਓਪਨ ਹੀ ਇਹਦਾ ਹੀ ਕਰਨਾ ਆਪਾਂ ਇੱਟਾਂ ਲਾ ਕੇ ਨਾ ਇਹ ਕਮਰਾ ਜਿਹਾ ਬਣਾ ਲੈਣਾ ਕਿ ਜਿਹੜਾ ਸਮਾਨ ਥੋੜ੍ਹਾ ਇੱਧਰਲੇ ਪਾਸੇ ਰੱਖੀ ਡੈਡੀ ਉਹਨੂੰ ਮੈਂ ਕਿਹਾ ਛੱਡਿਆ ਮੈਂ ਕੱਲ੍ਹ ਤੁਸੀਂ ਦੋਵੇਂ ਜਿਹੇ ਨਹੀਂ ਆ ਜਾਓ ਚੁੱਕ ਤੋਂ ਸਾਰੇ ਇੱਟਾਂ ਸ਼ਾਹ ਸਾਹ ਹਨੇਰਾ ਪੈ ਜਾਣਾ ਹਨੇਰਾ ਪੈ ਜਾਣਾ ਕਰਨਾ ਟੈਂਕੀ ਥੋੜ੍ਹੀ ਹੋਰ ਉੱਚੀ ਕਰਾਂਗੇ ਟੈਂਕੀ ਉੱਚੀ ਕਰਕੇ ਕਿ ਜਿਹੜਾ ਪ੍ਰੈਸ਼ਰ ਬਣੇ ਸਿੱਧਾ ਪਾਣੀ ਜਾਵੇ ਪੈਪਾਂ 'ਚ ਇੱਥੇ ਪਤਾ ਕਿ ਬੰਦੇ ਫਾਹ ਵੱਢਦੇ ਨੇ ਕੰਮ ਨਿਬੇੜੇ ਆ ਪੈਸੇ ਮਿਲੇ ਬਸ ਗੱਲ ਖਤਮ ਹੁਣ ਕੋਠੇ ਜਿਹੜੇ ਕਿਸੇ ਨੇ ਨਹੀਂ ਵੇਖਿਆ ਹੈਗਾ ਕਿ ਯਾਰ ਇਹ ਚੀਜ਼ ਉਹਨੇ ਕੱਚੀ ਛੱਡੀ ਆ ਇੱਥੇ ਸਾਰੇ ਇੱਕ ਸਿੰਦ ਪਾ ਕੇ ਪੱਧਰਾ ਕਰਨਾ ਹੈਗਾ ਲੈ ਵੀ ਡੈਡੀ ਨੇ ਸਿਆਣ ਸੂਣ ਲਿਆ ਕੇ ਰੱਖ ਛੱਡੀਏ ਅਤੇ ਆਪਾਂ ਪਹਿਲਾਂ ਆਹ ਸਾਈਡ ਸ਼ੁਰੂ ਕਰ ਲਈਏ ਇਹ ਸਾਈਡ ਇੱਟਾਂ ਲਾ ਕੇ ਪੂਰੀਆਂ ਮੈਂ ਮਾੜਾ ਝਾੜੂ ਮਾਰ ਦਈਏ ਕਿਸੇ ਮਾੜੇ ਦਾ ਸੌਖਾ ਨਹੀਂ ਗਿਆ ਅਤੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰ ਦੇਣੀਆਂ ਸੀਮਰ ਛੋਟੇ ਦੇ ਡੈਡੀ ਨੇ ਭਈ ਆ ਗਿਆ ਝਾੜੇ ਕੋਲ ਨਾ ਇਹਨੇ ਤਾਂ ਸਿਮ ਸੁਮਰ ਲਾ ਕੇ ਦਿੱਤਾ ਤੁਹਾਨੂੰ ਬਰਲਾਣਾ ਏ ਥੋੜ੍ਹੀ ਮਿਲ ਗਿਆ ਤਾਂ ਡੈਡੀ ਮੇਰੀ ਜਾਨ ਬਚੀ ਗਈ ਲੇਕਿਨ ਡੈਡੀ ਨੂੰ ਸਿਮਰ ਲਾਉਣਾ ਪੈਣਾ ਸੀ ਇੱਦਾਂ ਨਹੀਂ ਪਿੱਛੇ ਰੱਖ ਪਿੱਛੇ ਪਿੱਛੇ ਇਹ ਇੱਥੇ ਇੱਥੇ ਰੱਖ ਠੀਕ ਹੈ ਪਿੱਛੇ ਹਾਂ ਇੱਧਰ ਰੱਖ ਦੇ ਠੀਕ ਹੈ ਹਾਂ ਬਸ ਇੱਧਰ ਰੱਖੀ ਜਾ ਖੜੀਆਂ ਕਰਾ ਖੜੀਆਂ ਆਪਣੇ ਪਾਣੀ ਪਾ ਛੱਡਿਆ ਹੈ ਅਤੇ ਉੱਧਰ ਅਰਜਨ ਨੇ ਸੀਮਿੰਟ ਵੀ ਲਾ ਛੱਡਿਆ ਹੈ ਅਤੇ ਹੁਣ ਭਲਾ ਨਹੀਂ ਨੇਟਾ ਪਾ ਕੇ ਫਿਰ ਪਾਉਂਦੇ ਹਾਂ ਡੈਡੀ ਨੇ ਸਿਆਣ ਸੂਣ ਲਿਆ ਕੇ ਰੱਖ ਛੱਡੀਏ ਅਤੇ ਆਪਾਂ ਪਹਿਲਾਂ ਆਹ ਸਾਈਡ ਸ਼ੁਰੂ ਕਰ ਲਈਏ ਇਹ ਸਾਈਡ 'ਤੇ ਇੱਟਾਂ ਲਾ ਕੇ ਪੂਰੀਆਂ ਮੈਂ ਮਾੜਾ ਝਾੜੂ ਮਾਰ ਦਈਏ ਕਿਸੇ ਮਾੜੇ ਦਾ ਸੌਖਾ ਨਹੀਂ ਗਿਆ ਅਤੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰ ਦਿੰਦੇ ਹਾਂ ਅਤੇ ਟੂਲ ਇੱਥੇ ਹੈ ਨਹੀਂ ਮੈਨੂੰ ਕਿਹਾ ਮੈਂ ਤੁਸੀਂ ਜਿੱਦਾਂ ਕਰਦੇ ਹੁੰਦੇ ਬਸ ਇੱਟਾਂ 'ਚ ਸਾਰਾ ਸਿਮਰ ਭਰ ਦਿਓ ਤਰੀਕੇ ਨਾਲ ਅਤੇ ਉੱਧਰ ਕਰ ਛੱਡਿਆ ਅਤੇ ਇੱਧਰਲੇ ਪਾਸੇ ਹੁਣ ਰਹਿ ਗਏ ਆਹ ਸ਼ੁਰੂ ਕਰਨੇ ਆ ਅਤੇ ਇਹ ਸਾਡੇ ਗੁਆਂਢੀ ਨੇ ਯਾਰ ਇਹਨੇ ਆ ਜਾਂਦੇ ਨੇ ਨਾਲੇ ਨਾਲੇ ਪੈਸੇ ਬਣ ਜਾਣਗੇ ਨਾਲੇ ਸਾਡਾ ਕੰਮ ਨਿਬੜ ਜਾਏਗਾ ਉਹ ਇੱਕ ਕੁੱਤਾ ਮਾਰਾ ਲੇਕਿਨ ਇਹ ਨਾ ਰੋਟੀ ਦੇ ਟਾਈਮ ਜਦੋਂ ਆਪਾਂ ਕਿਤੇ ਜਾਣਾ ਨਾ ਤੁਰ ਕੇ ਪਿੰਡ 'ਚ ਤਾਂ ਸਾਡੇ ਨਾਲ ਜਾਂਦਾ ਇਹਦਾ ਇਹਨੇ ਰੋਟੀ ਜ਼ਰੂਰ ਖਾਣੀ ਅਤੇ ਰਾਖੀ ਜ਼ਰੂਰ ਰੱਖਣੀ ਅੱਡੇ ਠੀਕ ਹੈ ਮੇਰਾ ਹੈਲਪਰ ਏ ਇੱਟਾਂ ਉੱਟਾਂ ਫੜ ਕੇ ਨਾ ਫਰਾਂਸ ਦੇ ਘਰ 'ਚ ਠੀਕ ਹੈ ਅਤੇ ਹੁਣ ਇਹ ਸਾਈਡ ਹੋ ਗਈ ਡੰਨ ਪਨੀਰ ਦੇ ਬਿਨਾਂ ਇਹ ਬਣ ਗਈ ਸਾਈਡ ਕਿਆਰੀ ਇੱਧਰਲੇ ਪਾਸੇ ਸਬਜ਼ੀ ਸੁਬਜ਼ੀ ਲੈ ਕਰਨੀ ਅਤੇ ਉੱਧਰਲੇ ਪਾਸੇ ਆਪਾਂ ਘਾਹ ਲਾ ਕੇ ਅਤੇ ਇੱਕ ਦੋ ਝੂਲਾ ਲਾਉਣਾ ਨਾਲ ਸਾਈਡਾਂ ਹੋ ਗਈਆਂ ਨੇ ਡੰਨ ਆਹ ਲੱਗੀ ਨਾ ਹੁਣ ਸਿਮਰ ਚੰਗੀ ਤਰ੍ਹਾਂ ਭਰਨ ਉਹਦਾ ਫੋਨ ਸਾਰੇ ਰੱਖੀ ਇੱਥੇ ਚੰਗੀ ਤਰ੍ਹਾਂ ਉੱਪਰ ਭਰ ਗਿਆ ਸਿਮਰ ਸਾਰੇ ਅੱਛਾ ਪਹਿਲਾਂ ਕਟਲੀ ਨਹੀਂ ਹੁੰਦਾ ਏ ਇੱਦਾਂ ਲੰਬਾ ਕਟਲੀ ਨਹੀਂ ਹੁੰਦਾ ਸਿਮਰ ਨੂੰ ਹਾਂ ਇੱਦਾਂ ਵੈਰੀ ਗੁੱਡ
ठीक है। मैं कि बदल पिया करेगा, मिट्टी जी बाहर ना आया करेगी, हथे अंदर ही रहा करेगी। ਇਹਦਾ ਸਫਾਈ ਕਰਕੇ ਤੁਹਾਨੂੰ ਫਿਰ ਫੋਟੋ ਪਾਉਣਾ, ਇੰਨਾ ਤਾਂ ਫਿਰ ਆਪਾਂ ਰੰਗ ਵੀ ਕਰਨਾ ਕਿ ਥੋੜ੍ਹਾ ਲੁੱਕ ਡਿਫਰੈਂਟ ਲੱਗੇ ਤੁਹਾਨੂੰ। ਸਾਰਾ ਧੋ ਛੱਡਿਆ ਹੈ ਅਤੇ ਅੱਜ ਸ਼ਾਮ ਨੂੰ ਆਪਾਂ ਪੇਂਟ ਮਾਰਨਾ ਹੈ ਅਤੇ ਪਾਣੀ ਜਿਹੜਾ ਆ ਗਿਆ ਹੁਣ ਤੇਜ਼ ਆ ਵੇਖਦੇ ਪਏ, ਪਹਿਲਾਂ ਪਾਣੀ ਆਉਂਦਾ ਹੀ ਨਹੀਂ, ਸਮਝ ਨਹੀਂ ਲੱਗਦੀ ਪਾਣੀ ਜਾਂਦਾ ਕਿੱਥੇ ਪਿਆ ਹੋਣਾ ਹੋਵੇ ਤੇਜ਼। ਹੁਣ ਸਾਰੇ ਜਿਹੜਾ ਸਾਫ਼ ਕਰਨਾ ਚੰਗੀ ਤਰ੍ਹਾਂ ਅਤੇ ਵਾਪਸ ਲੱਗਾ ਬਾਹਰ ਪਾਣੀ ਦਿੱਤਾ ਮੈਂ। इधर कच्चा है, आप अगले साल करना सैट, सारा ही काम आएगा। लेकिन अंदरों गंद कर छे आप सारा ही होगा। दोस्तों जी सब ठीक है, अज अपने का तीजा दिन है। इतने आप जनरेटर की जगह बनानी, तरपाल पाती, ईटा ला के जनरेटर रखना है। आज फिर दिखाई तरपाल पाते ईटा सिर्फ छेडिया ना लगा थोड़ा भतीजा गोपी डोन ਐਟਾ ਲੈ ਕੇ ਆਉਂਦੇ ਤਾਂ ਮੈਂ ਨਾਲ ਨਾਲ ਲਾਈ ਜਾਂਦਾ। ਇਸ ਤੋਂ ਬਾਅਦ ਆਪਾਂ ਇਹਦੇ ਉੱਤੇ ਸੀਮਟ ਪਾ ਦੇਣਾ ਅਤੇ ਫਿਰ ਜਨਰੇਟਰ ਦੇ ਉੱਤੇ ਖਿੱਚੇਗਾ ਬੜਾ ਵਧੀਆ। ਗੋਪੀ ਸਿੰਘ ਨੇ ਅੱਜ ਸਕੂਲੋਂ ਛੁੱਟੀ ਕੀਤੀ ਹੈ, ਕਹਿੰਦਾ ਚਾਚੇ ਨੇ ਹੈਲਪ ਕਰਾਉਣੀ। ਹਾਂ ਰੱਖੀ ਆ ਅਤੇ ਇੱਧਰ ਰੱਖੀਦਾ, ਠੀਕ ਹੈ। ਸਾਡਾ ਆ ਗਿਆ ਹੈ ਅਤੇ ਹੁਣ ਅਸੀਂ ਇੱਥੇ ਪਾ ਲਈਏ ਸੀਮਟ, ਕਿਹੜਾ ਕਰ ਦੇਣਾ ਹੈ ਮੈਂਬਰ ਬੈਠੇ ਪਾਪਾ ਇਟਲੀ ਤੋਂ, ਚਾਚਾ ਯੂਐਸਏ ਐਂਡ ਪ੍ਰਧਾਨ ਸਲਿੰਪੁਰ ਅਤੇ ਆਪਣਾ ਫਲ ਫਲ ਨਾਲ ਲਾਇਆ ਜਾ ਰਿਹਾ। ਮੁੰਡਾ ਕਹਿ ਰਿਹਾ ਭਾਪੇ ਨੂੰ ਖੁੱਲ ਕੇ ਪਾਣੀ ਪਾਓ, ਪਰ ਭਾਪਾ ਪਾਣੀ ਨਹੀਂ ਪਾ ਰਿਹਾ। ਦੇਖੋ ਹੁਣ ਕੀ ਬਣਦਾ, ਸੀਮਿੰਟ ਪਾਇਆ ਜਾਏਗਾ। ਔਰ ਬਾਪੂ ਜੀ ਨੇ ਕਹਿ ਤਾ ਸੀਮਿੰਟ ਪਏਗਾ। ਲੋ ਵੀ ਇੱਧਰ ਆਪਣੇ ਨਕੀਜਾ ਚੱਜ ਪਹੁੰਚ ਚੁੱਕਿਆ ਵੇ, ਇਹ ਵੀ ਉਦਘਾਟਨ ਕਰਨਗੇ, ਥੋੜ੍ਹਾ ਹਿੱਸੇਦਾਰੀ ਪਾਉਣਗੇ ਘੋਲੋ ਦੇ ਵਿੱਚ, ਦੱਸਣਗੇ ਪਾਣੀ ਘੱਟ ਕੇ ਵੱਧਦੇ ਘੱਟ ਲੈ ਵੀ ਦੇ ਤਾ ਜੀ। ਚਲੋ ਜੀ ਇਹਨਾਂ ਨੂੰ ਕਹਿ ਛੱਡਿਆ ਪਾ ਦੋ ਸੀ ਮਟੋਰ, ਗੋਪੀ ਆਪਣਾ ਪਾਣੀ ਪਾ ਰਿਹਾ। ਚੱਲ ਲੇਬਰ ਆ ਗਈ, ਇੱਕ ਲੇਬਰ ਹੋਰ ਪਹੁੰਚ ਗਈ ਹੈ। ਇੱਕ ਸ਼ੁਰੂ ਕਰੀਏ ਆਪਾਂ ਵੀ, ਇਸ ਬਣਾ ਛੱਡਿਆ ਇਹਦੇ ਉੱਤੇ ਆਪਾਂ ਜਨਰੇਟਰ ਰੱਖ ਦੇਣਾ, ਬਾਅਦ ਵੀਡੀਓ ਪਾਉਂਦੇ ਹਾਂ ਅਤੇ ਇਹ ਆਪਾਂ ਗੱਟਾ ਦੇ ਢੱਕ ਜਿਹੇ ਲੱਕ ਕਰ ਛੱਡੇ ਨੇ। ਉੱਧਰ ਬਾਪੂ ਦੀ ਜਗ੍ਹਾ ਪੱਧਰੀ ਕਰ ਛੱਡੀ ਹੈ ਅਤੇ ਇੱਥੇ ਮੈਂ ਮਰ ਜੀ ਨਾ ਇੱਟਾਂ ਲਾ ਕੇ ਨਾ ਕੰਧ 'ਚ ਬਣਾ ਲੈਣੀ ਇਹਨਾਂ ਨੂੰ। ਨਹੀਂ ਨਹੀਂ ਡੈਡੀ ਇੱਦਾਂ ਨਹੀਂ ਲਾਉਣੀ ਹੈਗੀ, ਮੈਂ ਤਰੀਕੇ ਲਾ ਦੇਣਾ ਤੈਨੂੰ, ਕਿਆਰੀ ਟੈਪ ਰੁੱਕ ਜਾ ਜਾਣਾ। ਅਤੇ ਸਾਡਾ ਨਾਰਾਂ ਦਾ ਬੂਟਾ ਵੀ ਪੁੰਗਰਨਾ ਸ਼ੁਰੂ ਹੋ ਗਿਆ, ਪਹਿਲਾਂ ਵਿਚਾਰਾ ਸੁੱਕ ਗਿਆ ਸੀ। ਆਹ ਵੇਖੋ ਨਾ ਆ ਗਏ ਪੱਤੇ ਮਾੜੇ ਮਾੜੇ, ਠੀਕ ਹੈ। ਅਤੇ ਉੱਧਰਲੀ ਵੀ ਜਗ੍ਹਾ ਸੈੱਟ ਹੀ ਸੈੱਟ ਹੀ ਹੋਣਾ ਅਤੇ ਕੱਲ੍ਹ ਮਾਰਨਾ ਆਪਾਂ ਇੱਥੇ ਪੇਂਟ। ਆ ਜਾਓ ਫਿਰ ਨਹਿਰੂ ਜਿਵੇਂ ਕਹਿੰਦੇ ਨੇ, ਅਤੇ ਸਾਰੇ ਇੱਟਾਂ 'ਤੇ ਫੇਰਨਾ, ਉਹ ਤੋਂ ਬਾਅਦ ਆਪਾਂ ਫਿਰ ਪੇਂਟ ਮਾਰਨਾ ਵਾਈਟ। ਮਰਾ ਤਾਂ ਆਪਾਂ ਸੀਮਟ ਸਾਰੀ ਇੱਟਾਂ ਦੇ ਦੋਵਾਂ ਪਾਸੇ, ਅਤੇ ਹੁਣ ਕਿਆਰੀਆਂ ਬਣਵਾ ਦਿੱਤੀਆਂ ਨੇ ਜਿਹੜੀਆਂ। ਡੈਡੀ ਨੂੰ ਕਿ ਸੌਖੀ ਸਬਜ਼ੀ ਲਾ ਲਿਆ ਕਰੇਗਾ ਇੱਥੇ, ਠੀਕ ਹੈ। ਅਤੇ ਫਿਰ ਗੱਡੀ ਆਪਣੀ ਡੈਡੀ ਆਪਾਂ ਚੱਲੇ ਹਾਂ ਬਾਹਰ ਘੁੰਮਣ, ਘੰਟਾ ਕਿਵੇਂ ਘੱਲ ਆਇਆ ਬਾਹਰ। ਇੱਟਾਂ ਲਾ ਛੱਡੀਆਂ ਨੇ, ਇੱਧਰ ਵੀ ਇੱਟਾਂ ਲਾ ਛੱਡੀਆਂ ਨੇ, ਉਹ ਜਨਰੇਟਰ ਵਾਸਤੇ ਜਗ੍ਹਾ ਬਣਾਈ ਹੈ। ਬਾਕੀ ਆ ਸਾਰਾ ਬੈਠ ਉੱਠਣ ਨੂੰ ਬਣਾਇਆ ਸਾਰਾ ਹੀ ਜਗਾੜ। ਹਾਂਜੀ ਆ ਸਭ ਠੀਕ ਹੈ। ਕੱਲ੍ਹ ਇੱਥੇ ਸੀਮਟ ਮਾਰ ਛੱਡਿਆ ਸੀ, ਅੱਜ ਹੁਣ ਆਪਾਂ ਪੇਂਟ ਮਾਰ ਲੱਗੇ ਨੇ ਸਾਰੇ ਨੂੰ। ਪਹਿਲਾਂ ਵਾਈਟ ਮਾਰ ਦੇਣਾ, ਉਸ ਤੋਂ ਬਾਅਦ ਵੇਖਦੇ ਹਾਂ ਬਲੂ ਅਤੇ ਜਾਂ ਬਲੈਕ ਦੀਆਂ ਪੱਟੀਆਂ ਬਣਾਉਣੀਆਂ ਵਿੱਚ, ਅਤੇ ਡਨ ਕਰਕੇ ਤੁਹਾਨੂੰ ਪਾਉਂਦੇ ਵੀਡੀਓ। ਇੱਕ ਸਾਈਡ ਹੋ ਗਈ ਡਨ,
और जी साइड करनी है उस तो बाद जी मिडल वाली लैन है आ क्लीयर करनिया ने उस तो बाद सुक गया पट्टिया बनानिया ने तो तुम सारे डेकोरेशन तैयार करके फिर तुम पावे वीडियो साइड हो गई डन जी हम आ गए फुल लैन लगे घर जरा जगह बनाई सैटा में तो फुल लाने के पुछा की रेट आ गए तीन चार रंग तेल घर से सामग रखी हुई ठीक है तो मैं कर लगा वा सारी इटा ना दो इटा से वक् वक् रंग मार लगा वो तो देखते लुक कि बनती है घर के रंग ने घर की जगह है नहीं सही लगेगा दोबारा फिर कर लगे लेकिन ट्राई कर लगे हैं थोड़ी जी चीज़ बना दी चलो वेख दिया फिर बाकी आखिर आ चीज़ बनाई है डैडी के नाल मैं हेल्प करा तो मैं चल लग जा फिर मिनट बड़ी नबेड़ देंगे तो फिर तुम दस सारा नबेड़ गया ओके जल कि फिर देखो टोनी यूएसए ने कलर किया बहुत ही प्यारा कलर किया बहुत वधिया देखो जी बड़ी वधिया चीज शानदार चीज तैयार की गई है सवेर दिल पर बेटा पर सवेर लगा है बच्चा साडा बहुत वधिया चीज तैयार की देखो जी बहुत वधिया कलर आ देखो जी नाल फुल भी लिया गए ने एक किनुआ का बूटा है एक संतरिया का नाल फुल लगाए जाएंगे ये लाइन सिर नाल सारे फुल लगाए जाएंगे ये वीडियो तुम फुलों की दोबारा पाई जाएगी आ देखो जी नाल अपने एस एच ओ साहब भी लगे हुए ने नाल कलर करवा अपने बच्चे के नाल एस एच ओ साहब सरदार करनैल सिंह एच ओ साहब लगे हुए देखो टोनी यूएसए जो कि ब्लू कलर कर रहे ने अपने भतीजे की खुशी बिच भतीजे की खुशी भतीजे ब्लू कलर करना है साला जी ब्लू कलर करना है मैं रंग फुल लगदे कहंदा नहीं रंग नहीं फुल लगदे कि इक तां ब्लू रंग नहीं करदा करके ब्लू कलर इन्हां दे दिलराज सिंह गुरसाज फरमैश ते नहीं गुरसाज कहंदा मैं ब्लू करना गुरसाज सिंह कह रहा है ब्लू कलर करना है जो कि छोटा टोनी दे नाल दी जाना चाहंदा है उन कह चटे चार चार भी कहता चार भी तुहानूं पिलाई जाएगी ਨਾਲ ਤੁਹਾਨੂੰ ਇੰਨਾ ਦਾ ਰੋਲਾ ਵੀ ਰੋਲਾ ਵੀ ਨਾਲ ਹੀ ਬਹੁਤ ਵਧੀਆ ਆ ਦੇਖੋ ਪਹਿਲਾਂ ਵਾਈਟ ਮਾਰਿਆ ਹੋਇਆ ਮੁੰਡੇ ਨੇ ਸਵੇਰ ਦਾ ਵਾਈਟ ਕਲਰ ਵਜਿਆ ਹੋਇਆ ਅਤੇ ਬਹੁਤ ਵਧੀਆ ਚੀਜ਼ ਤਿਆਰ ਕੀਤੀ ਜਾ ਰਹੀ ਹੈ छोले भटूरे खाने दस्यो फिर ऐ पा के छोले भटूरे नान बहुत स्वाद मैं जो आना ना तो न्याणी खा के जाने के हम भी गर्म गर्म कढ़न दे खा लगे आ जाओ फिर आ गए फुल लैन लगे घर जरा जगह बनाई सैटा में तो फुल लाने के पुछा की रेट आ गए एक बूटा कहना पाया चालीस रुपये का लेकिन तेरे डिफरेंट कलर में ओवर किन्ने वक् वक् करती है एक कलर आई आ करते उदू यह लगा यदा ज्यादा है ना घा ही घा वे फुल निकलेंगे ना फुल निकल है किन्ने टंगने बाकड़ी ਜਾ ਐਡੀ ਮਹਿੰਗੀ ਲਾਣੀ ਹੋਣੀ ਆ ਜਿਹੜੀ ਜਾਂ ਰੇਟ ਤੇ ਸਹੀ ਕਰ ਰੇਟ ਬੜੇ ਚੱਕ ਕੇ ਲਾਣਨੇ ਆ ਏ ਚੱਕ ਕੇ ਨਹੀਂ ਲਾਣਦਾ ਭਾਜੀ ਕਿੰਨੇ ਵੀ ਦੁਰਾਈ ਕਰ ਲੋ ਮੈਂ ਆ ਸਿੱਧਾ ਤੇਰੇ ਕੋਲ ਹੀ ਆਇਆ ਅਸਲ 'ਚ ਤੂੰ ਸਹੀ ਦੱਸਾਂ ਜੇ ਮੈਂ ਡੈਡੀ ਲੈ ਕੇ ਆਉਂਦਾ ਮੰਮੀ ਨਾਲ ਲੈ ਕੇ ਨਾ ਤੈਨੂੰ ਪਤਾ ਫਿਰ ਉਹਨਾਂ ਰੇਟ ਘਟਾਈ ਜਾਣੇ ਨਹੀਂ ਇੱਦਾਂ ਨਹੀਂ ਇੱਦਾਂ ਇੱਦਾਂ ਨਹੀਂ ਇੰਨਾ ਹੋਣਾ ਚਾਹੀਦਾ ਸੀ
ਜਿਮੈਂਟਰੀ ਟਾਂਡੇ ਰੋਡ ਦੇ ਉੱਪਰ ਟਾਂਡਾ ਦੇ ਰੜਾ ਦੇ ਮਿਡਲ ਦੇ ਵਿੱਚ ਜਿਹੜੇ ਗਮਲਿਆਂ 'ਚ ਪਾਣੀ ਨਾ ਉਹ ਜਿਹੜੇ ਉਹ ਸਾਈਡ 'ਤੇ ਰੱਖਦੀ ਹੈ ਸ਼ਬਦ ਰੱਖਦੀ ਜਿਹੜੇ ਨੇ ਗੱਡੀ 'ਚ ਅਤੇ ਘਰ ਜਾ ਕੇ ਘੰਟਾ ਕੁ ਸੋ ਗਿਆ ਨਾ ਤਸਵੀਰ ਲਾਵਾਂਗੇ ਫੁੱਲ ਪਪੀਤਾ ਰਹਿ ਗਿਆ ਪਪੀਤੇ ਦੋ ਬੂਟੇ ਰਹਿਣ ਲੱਗੇ ਆ ਹੈਂ ਕਿੱਦਾਂ ਅੱਛਾ ਕਦੋਂ ਕਦੋਂ ਪਾਣੀ ਹੁੰਦੀ ਹੈ ਕਿ ਥੋੜਾ ਜਿਆਦਾ ਜਿਆਦਾ ਰੱਖਣਾ ਕਿ ਮੈਂ ਵੀ ਲਾਣਾ ਹੁੰਦਾ ਵਰਮੀ ਕੰਪੋਸਟ ਖਾਦ ਹੁੰਦੀ ਆ ਕਿਲੋ ਦਾ ਪੈਕਟ 50 ਰੁਪਏ ਦਾ ਐ ਚਰੀ ਚ ਕੀ ਫਰਕ ਹੈ ਇਹ ਖਾਦ ਆ ਉਹ ਦਵਾਈ ਹੈ ਤੇ ਹੁਣ ਮੈਨੂੰ ਕਿਹੜੀ ਜ਼ਰੂਰੀ ਕਿਹੜੀ ਚੀਜ਼ ਬਹੁਤ ਜ਼ਰੂਰੀ ਹੈ ਉਹ ਜ਼ਰੂਰੀ ਹੈ ਨਾ ਬੂਟੇ ਲੈਣੇ ਆਪਾਂ ਹੁਣ ਲੈ ਤੇ ਹੁਣ ਚੱਲੇ ਆਪਾਂ ਘਰ ਦੀ ਤਿਆਰੀ ਪਹਿਲਾਂ ਆਪਾਂ ਜਾ ਕੇ ਪੀਣਾ ਇਹ ਗੰਨੇ ਦਾ ਜੂਸ ਪੀ ਕੇ ਰੱਖੇ ਜਾ ਸਕਦਾ ਆਪਾਂ ਘਰ ਨੂੰ ਇੱਕ ਮੁੱਠੀ ਵਾੜੀ ਦੇ ਚਲੋ ਆ ਜਾਓ ਫਿਰ ਚੱਲੀਏ ਫਿਰ ਜੇ ਦੋਵੇਂ ਹੀ ਗੋਭੀ ਤੁਹਾਡਾ ਸਪੈਸ਼ਲ ਆਇਆ ਜੋ ਵੇਖਣ ਵਾਸਤੇ ਹੁਣ ਆਪਾਂ ਲਾ ਲੱਗਿਆ ਬੂਟੇ ਜੇ ਲਾ ਕੀ ਕਰਨ ਡਿਆ ਤੂੰ ਤੇ ਤੇਰੇ ਜੇ ਲੱਗ ਗਈ ਤੇ ਫਿਰ ਇਹ ਲੱਗ ਗਏ ਟੱਪਾ ਮਾਰ ਛੱਡਿਆ ਤੇ ਬਾਪੂ ਸਾਡਾ ਠੀਕ ਬਦਲ ਰੱਖਿਆ ਬੂਟਿਆਂ ਦੇ ਘਰ 'ਚ ਪਹਿਲੀ ਵਾਰ ਸਜਾਵਟ ਕਰਨ ਲੱਗੇ ਹਾਂ ਨਹੀਂ ਬੜਾ ਡਿਆ ਰੱਖ ਇਹ ਪਲਾਸਟਿਕ ਪਾੜ ਕੇ ਨਾ ਫਿਰ ਲਾਇਓ ਵਿੱਚ ਹੈ ਆਪਣਾ ਦਾਦੂ ਆਹ ਪਲਾਸਟਿਕ ਪਾੜ ਦਿਆ ਥੱਲੇ ਰੱਖ ਲਓ ਥੱਲੇ ਰੱਖ ਲਓ ਥੱਲੇ ਉੱਪਰ ਮਿੱਟੀ ਦੇ ਉੱਤੋਂ ਫੁੱਲ ਡੈਡੀ ਲਾ ਦੇ ਮਿੱਟੀ ਮੈਂ ਖਿੱਚੀ ਜਾਣਾ ਇਹਦੇ 'ਚ ਓਕੇ ਕਰਦੇ ਬਾਰ ਡੈਡੀ ਛੱਡਾ ਪਲਾਸਟਿਕ ਕਰਦੇ ਬਾਰ ਵੱਡਾ ਡੈਡੀ ਹੱਥ ਮਾਰ ਦੇ ਹੱਥ ਆਹ ਹੱਥ ਨਾ ਕਰਦੇ ਸੋਰੀ ਆਹ ਆਹ ਪੱਧਰਾ ਕਰਦੇ ਹੈ ਸਿੱਧਾ ਕਰਦੇ ਆਹ ਨਹੀਂ ਨਹੀਂ ਯਾਰ ਓਕੇ ਦੂਜਾ ਬੋਲੀ ਕੀ ਹਾਲ ਚਾਲ ਸਭ ਠੀਕ ਹੋ ਰਾਤੀ ਆਪਾਂ ਸਾਰਾ ਪੇਂਟ ਮਾਰ ਛੱਡਿਆ ਸੀ ਅਤੇ ਹੁਣ ਬੂਟੇ ਲਾ ਛੱਡੇ ਨੇ ਰਾਤੀ ਮਨ ਦੀ ਕੀ ਹਾਲ ਹੈ ਹੈਲੋ ਕਰ ਦਿਉ ਬਾਏ ਚਾਹ ਪੀ ਲੱਗੇ ਬਹਿ ਘੜੀ ਅਤੇ ਮੰਮੀ ਚਾਹ ਲੈ ਕੇ ਆ ਗਈ ਤਿੰਨ ਚਾਰ ਲੈ ਗਏ ਬੂਟੇ ਲਾਉਣ ਵਾਲੇ ਕਿਨੂਆ ਦਾ ਸੰਤਰਿਆਂ ਦਾ ਅਤੇ ਲੀਚੀ ਦਾ ਉਹ ਲਾਉਣ ਲੱਗੇ ਹੁਣ ਅਤੇ ਫਿਰ ਤਾਂ ਦੱਸਦੇ ਹਾਂ ਉਹ ਵੀ ਲਾ ਕੇ ਇਹ ਜਗ੍ਹਾ ਸਾਰੀ ਪੱਧਰੀ ਕਰਨੀ ਇੱਥੇ ਆਪਾਂ ਹੁਣ ਕੀ ਸੋਚਿਆ ਹੈ ਕਿ ਸਾਰੇ ਘਾਹ ਲਾ ਦਿੰਦੇ ਹਾਂ ਵੱਡੇ ਆਪ 'ਤੇ ਘਾਹ ਵੀ ਲਾ ਦਿੰਦੇ ਸਾਰੇ ਇੱਥੇ ਘਾਹ ਲਾ ਦਿੰਦੇ ਹਾਂ ਇਹ ਜਗ੍ਹਾ ਆਹ ਜਗ੍ਹਾ ਛੱਡ ਦਿਉ ਕੱਚੀ ਲੈ ਵੀ ਡੈਡੀ ਵੀ ਚਾਹ ਲੈ ਕੇ ਆ ਗਿਆ ਬਿਸਕੁਟ ਲੈ ਕੇ ਆ ਯਾਰ ਆਹੋ ਉਹਦੇ ਗੋਪੀ ਆਇਆ ਸਾਡਾ ਮੰਮੀ ਮੰਮੀ ਜਗ੍ਹਾ ਵੀ ਸਾਡੀ ਡੈਡੀ ਸਹੀ ਲੱਗਣ ਲੱਗ ਪਿਆ ਹੈ ਡੈਡੀ ਸਹੀ ਲੱਗਣ ਲੱਗ ਪਿਆ ਹੈ ਨਾ ਆਹੋ ਵੈਰੀ ਗੁੱਡ ਓ ਵੈਰੀ ਫਾਰ ਬਰ 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 ਬਰ